ਨਮਸਕਾਰ ਖਬਰਾਂ ਦੇ ਇਸ ਬੁਲੇਟਿਨ ਵਿੱਚ ਤੁਹਾਡਾ ਸਵਾਗਤ ਹੈ ਮੈਂ ਹਾਂ ਜਸਪ੍ਰੀਤ ਸਿੰਘ ਪਹਿਲਾ ਪੇਜ 'ਤੇ ਚੋਣਵੀਆਂ ਖਬਰਾਂ ਰਾਸ਼ਟਰਪਤੀ ਰਾਮਨਾਥ ਕੋਵਿੰਦ ਨੇ ਤੀਜੇ ਕੌਮੀ ਜਲ ਪੁਰਸਕਾਰ ਪ੍ਰਦਾਨ ਕੀਤੇ ਕੈਚ ਦਾ ਰੇਨ 2022 ਕੈਂਪੇਨ ਦਾ ਕੀਤਾ ਸ਼ੁਭ ਆਰੰਭ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਨੁਸਾਰ ਕੁਝ ਸਿਆਸੀ ਪਾਰਟੀਆਂ ਨੇ ਗਰੀਬੀ ਹਟਾਓ ਦਾ ਨਾਅਰਾ ਤਾਂ ਦਿੱਤਾ ਪਰ ਗਰੀਬਾਂ ਨੂੰ ਮਜ਼ਬੂਤ ਬਣਾਉਣ ਲਈ ਕੰਮ ਨਹੀਂ ਕੀਤਾ। ਭਾਜਪਾ ਆਗੂ ਤਰਨੁチュਗ ਦੀ ਪੰਜਾਬ ਸਰਕਾਰ ਨੂੰ ਗੁੰਮਰਾਹਕੁਨ ਦਾਅਵਿਆਂ ਦੀ ਥਾਂ ਜ਼ਮੀਨੀ ਪੱਧਰ ਤੇ ਕੰਮ ਸ਼ੁਰੂ ਕਰਨ ਦੀ ਸਲਾਹ ਪੰਜਾਬ ਭਰ ਦੇ ਡੀਸੀ ਦਫ਼ਤਰਾਂ ਦੇ ਮੁਲਾਜ਼ਮਾਂ ਦੀ ਕਲਮ ਛੋੜ ਹੜਤਾਲ ਨਾਲ ਕੰਮਕਾਜ ਪ੍ਰਭਾਵਿਤ ਤੇ ਹੁਣ ਖਬਰਾਂ ਵਿਸਥਾਰ ਨਾਲ ਰਾਸ਼ਟਰਪਤੀ ਰਾਮਨਾਥ ਕੋਵਿੰਦ ਨੇ ਅੱਜ ਨਵੀਂ ਦਿੱਲੀ ਵਿੱਚ ਤੀਜੇ ਕੌਮੀ ਜਲ ਪੁਰਸਕਾਰ ਪ੍ਰਦਾਨ ਕੀਤੇ 11 ਵਰਗਾਂ ਵਿੱਚ ਸੂਬਿਆਂ, ਸੰਗਠਨਾ ਅਤੇ ਵਿਅਕਤੀਆਂ ਨੂੰ ਕੁੱਲ 57 ਪੁਰਸਕਾਰ ਦਿੱਤੇ ਗਏ ਇਨ੍ਹਾਂ ਵਰਗਾਂ ਵਿੱਚ ਬਿਹਤਰ ਸੂਬੇ, ਬਿਹਤਰ ਜ਼ਿਲ੍ਹੇ, ਬਿਹਤਰ ಗ್ರಾಮ ਪੰਚਾਇਤ ਅਤੇ ਬਿਹਤਰ ਸ਼ਹਿਰੀ ਸਥਾਨਕ ਸਰਕਾਰਾਂ ਸ਼ਾਮਲ ਨੇ ਜੇਤੂਆਂ ਨੂੰ ਸਨਮਾਨ ਪੱਤਰ, ਟਰੋਫੀ ਅਤੇ ਨਗਦ ਪੁਰਸਕਾਰ ਦਿੱਤੇ ਗਏ ਰਾਸ਼ਟਰਪਤੀ ਰਾਮਨਾਥ ਕੋਵਿੰਦ ਨੇ ਇਸ ਮੌਕੇ ਜਲ ਸ਼ਕਤੀ ਅਭਿਆਨ ਕੈਚ ਦਾ ਰੇਨ ਕੈਂਪੇਨ 2022 ਦਾ ਵੀ ਸ਼ੁਭਾਰੰਭ ਕੀਤਾ ਇਹ ਅਭਿਆਨ 30 ਨਵੰਬਰ ਤੱਕ ਚੱਲੇਗਾ ਆਪਣੇ ਸੰਬੋਧਨ ਵਿੱਚ ਰਾਸ਼ਟਰਪਤੀ ਨੇ ਕਿਹਾ ਜਲ ਕਿ ਜਲ ਹੀ ਜੀਵਨ ਹੈ ਅਤੇ ਕੁਦਰਤ ਨੇ ਮਨੁੱਖ ਨੂੰ ਜਲ ਵਸੀਲੇ ਦੀ ਸੌਗਾਤ ਦਿੱਤੀਏ ਉਹਨਾਂ ਕਿਹਾ ਕਿ ਕੁਦਰਤ ਨੇ ਸਾਨੂੰ ਨਦੀਆਂ ਦਿੱਤੀਆਂ ਨੇ ਅਤੇ ਕਈ ਮਹਾਨ ਸਭਿਅਤਾਵਾਂ ਨਦੀਆਂ ਦੇ ਕਿਨਾਰੇ ਫਲੀਆਂ ਫੁੱਲੀਆਂ ਨੇ ਰਾਸ਼ਟਰਪਤੀ ਕੋਵਿੰਦ ਨੇ ਕਿਹਾ ਕਿ ਭਾਰਤੀ ਸੱਭਿਆਚਾਰ ਵਿੱਚ ਨਦੀਆਂ ਦਾ ਉਚੇਚਾ ਮਹੱਤਵ ਹੈ ਅਤੇ ਇਹਨਾਂ ਦੀ ਮਾਂ ਵਾਂਗ ਪੂਜਾ ਕੀਤੀ ਜਾਂਦੀ ਏ ਇਸ ਦੌਰਾਨ ਪੰਜਾਬ ਦੇ ਸ਼ਹੀਦ ਭਗਤ ਸਿੰਘ ਨਗਰ ਜ਼ਿਲ੍ਹੇ ਨੂੰ ਉੱਤਰੀ ਜ਼ੋਨ ਵਿੱਚ ਸਰਵੋਤਮ ਦੂਜੇ ਜ਼ਿਲ੍ਹੇ ਦਾ ਐਵਾਰਡ ਦਿੱਤਾ ਗਿਆ ਜ਼ਿਲ੍ਹੇ ਦੇ ਡਿਪਟੀ ਕਮਿਸ਼ਨਰ ਵਸ਼ੀਸ਼ ਯਸਾਰੰਗਲ ਨੇ ਕੇਂਦਰੀ ਜਲ ਸ਼ਕਤੀ ਮੰਤਰੀ ਗਜੇਂਦਰ ਸਿੰਘ ਸ਼ਖਾਵਤ ਤੋਂ ਇਹ ਐਵਾਰਡ ਹਾਸਲ ਕੀਤਾ ਉਨਾ ਕਿਹਾ ਕਿ ਜ਼ਿਲ੍ਹਾ ਪ੍ਰਸ਼ਾਸਨ ਪਾਣੀ ਦੇ ਜ਼ਮੀਨ ਹਟਲੇ ਡਿੱਗਦੇ ਪੱਦਰ ਨੂੰ ਬਚਾਉਣ ਲਈ ਸਖਤ ਯਤਨ ਕਰ ਰਿਹਾ ਹੈ ਅਤੇ ਜਲ ਸੰਭਾਲ ਮੁਹਿੰਮ ਤਹਿਤ ਪ੍ਰਸ਼ਾਸਨ ਨੇ ਜ਼ਿਲ੍ਹੇ ਵਿੱਚ 25 ਛਪੜਾ ਤੋਂ ਕਬਜ਼ੇ ਹਟਾਏ ਅਤੇ ਇਹਨਾਂ ਦੇ ਆਲੇ-ਦੁਆਲੇ 122 ਕੰਦਾ ਬਣਾਈਆਂ ਇਸੇ ਤਰ੍ਹਾਂ ਸਨਤ ਵਰਗ ਵਿੱਚ ਪੰਜਾਬ ਦੀ ਟਰਾਇਡੈਂਟ ਟੈਕਸਟਾਈਲ ਲਿਮਟਿਡ ਨੂੰ ਬਿਹਤਰ ਸਨਤ ਦਾ ਤੀਜਾ ਅਵਾਰਡ ਮਿਲਿਆ ਹੈ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਹਾ ਕਿ ਦੇਸ਼ ਵਿੱਚ ਕੁਝ ਸਿਆਸੀ ਪਾਰਟੀਆਂ ਨੇ ਗਰੀਬੀ ਹਟਾਓ ਦਾ ਨਾਅਰਾ ਤਾਂ ਦਿੱਤਾ ਪਰ ਗਰੀਬਾਂ ਨੂੰ ਮਜ਼ਬੂਤ ਬਣਾਉਣ ਲਈ ਕਦੇ ਕੋਈ ਕੰਮ ਨਹੀਂ ਕੀਤਾ ਪ੍ਰਧਾਨ ਮੰਤਰੀ ਗ੍ਰਾਮੀਣ ਆਵਾਸ ਯੋਜਨਾ ਤਹਿਤ ਮੱਧ ਪ੍ਰਦੇਸ਼ ਵਿੱਚ ਬਣੇ 521000 ਮਕਾਨਾਂ ਦੇ ਅੱਜ ਹੋਏ ਗ੍ਰਹਿ ਪ੍ਰਵੇਸ਼ ਪ੍ਰੋਗਰਾਮ ਵਿੱਚ ਵੀਡੀਓ ਕਾਨਫਰੰਸ ਰਾਹੀਂ ਸ਼ਾਮਲ ਹੋਣ ਮਗਰੋਂ ਪ੍ਰਧਾਨ ਮੰਤਰੀ ਲਾਪਾਤਰੀਆਂ ਨੂੰ ਸੰਬੋਧਿਤ ਕਰ ਰਹੇ ਸਨ ਉਹਨਾਂ ਕਿਹਾ ਕਿ ਜੇਕਰ ਗਰੀਬ ਮਜ਼ਬੂਤ ਹੋਵੇਗਾ ਤਾਂ ਉਸ ਵਿੱਚ ਗਰੀਬੀ ਨਾਲ ਲੜਨ ਦੀ ਹਿੰਮਤ ਪੈਦਾ ਹੋਵੇਗੀ ਅਤੇ ਜਦੋਂ ਸਰਕਾਰ ਗਰੀਬਾਂ ਨੂੰ ਮਜ਼ਬੂਤ ਬਣਾਉਣ ਲਈ ਇਮਾਨਦਾਰੀ ਨਾਲ ਕੰਮ ਕਰਦੀਏ ਤਾਂ ਗਰੀਬੀ ਹਾਰ ਜਾਵੇਗੀ। ਪ੍ਰਧਾਨ ਮੰਤਰੀ ਮੋਦੀ ਨੇ ਕਿਹਾ ਕਿ ਇਸ ਯੋਜਨਾ ਤਹਿਤ ਪਿੰਡਾਂ ਵਿੱਚ ਬਣੇ ਇਹ 521000 ਮਕਾਨ ਸਿਰਫ ਘਰ ਹੀ ਨਹੀਂ ਨੇ ਬਲਕਿ ਇਸ ਗੱਲ ਦਾ ਸਬੂਤ ਨੇ ਕਿ ਦੇਸ਼ ਦੇ ਗਰੀਬ ਮਜ਼ਬੂਤ ਹੋ ਰਹੇ ਨੇ। ਇਸ ਸਾਲ ਦੇ ਬਜਟ ਵਿੱਚ ਪੂਰੇ ਦੇਸ਼ ਵਿੱਚ अस्सी लाख से अधिक घर बनाने के लिए पैसे आवंटन करने का राशि का प्रावधान किया गया है इनमें से मध्य प्रदेश के भी लाखों परिवारों को लाभ होना आता है अब तक सवा दो लाख करोड़ रुपए से ज्यादा सवा दो लाख करोड़ सवा दो लाख करोड़ रुपये से भी ज्यादा इस योजना पर खर्च किए जा चुके हैं ये पैसे गांवों में खर्च हुए हैं ग्रामीण अर्थव्यवस्था को इससे ताकत दी है ਇੱਧਰ ਪੰਜਾਬ ਵਿੱਚ ਵੀ ਪ੍ਰਧਾਨ ਮੰਤਰੀ ਆਵਾਸ ਯੋਜਨਾ ਤਹਿਤ ਗਰੀਬ ਪਰਿਵਾਰਾਂ ਦੇ ਲੋਕ ਆਪਣੇ ਕੱਚੇ ਮਕਾਨਾਂ ਨੂੰ ਪੱਕੇ ਕਰ ਰਹੇ ਨੇ ਜਿਨ੍ਹਾਂ ਲੋਕਾਂ ਦੇ ਮਕਾਨ ਕੱਚੇ ਤੋਂ ਪੱਕੇ ਹੋ ਗਏ ਨੇ ਉਹ ਇਸ ਤੋਂ ਖੁਸ਼ ਨੇ ਅਤੇ ਭਾਰਤ ਸਰਕਾਰ ਦਾ ਧੰਨਵਾਦ ਕਰਦੇ ਨੇ ਇੱਕ ਰਿਪੋਰਟ ਪ੍ਰਧਾਨ ਮੰਤਰੀ ਆਵਾਸ ਯੋਜਨਾ ਦਾ ਮੰਤਵ ਕੱਚੇ ਮਕਾਨਾਂ ਵਿੱਚ ਰਹਿਣ ਵਾਲਿਆਂ ਨੂੰ ਮਕਾਨ ਪੱਕੇ ਕਰਨ ਲਈ مالی ਮਦਦ ਦੇਣਾ ਹੈ ਪੰਜਾਬ ਦੇ ਵੱਖ-ਵੱਖ ਇਲਾਕਿਆਂ ਵਿੱਚ ਵੀ ਯੋਜਨਾ ਤੋਂ ਲਾਭ ਲੈ ਕੇ ਲੋਕਾਂ ਨੇ ਮਕਾਨ ਪੱਕੇ ਕੀਤੇ ਨੇ ਜਲੰਧਰ ਦੇ ਖੁਰਲਾ ਖਿੰਗਰਾ ਇਲਾਕੇ ਵਿੱਚ ਇਸ ਯੋਜਨਾ ਤਹਿਤ ਮਕਾਨ ਬਣਾਉਣ ਮਗਰੋਂ ਲਾਭਪਾਤਰੀ ਪਰਿਵਾਰਾਂ ਦੇ ਮੈਂਬਰ ਬੇਹੱਦ ਖੁਸ਼ ਨੇ ਖੁਸ਼ ਹੋਣ ਵੀ ਕਿਉਂ ਨਾ ਕਿਉਂ ਜੋ ਨਵੇਂ ਮਕਾਨ ਬਣਨ ਤੋਂ ਪਹਿਲਾਂ ਮੀਂਹ ਦੀ ਝਕੜ ਉਹਨਾਂ ਲਈ ਪਰੇਸ਼ਾਨੀ ਦਾ ਕਾਰਨ ਬਣ ਜਾਂਦਾ ਸੀ ਜਦੋਂ ਕੱਚੀ ਛੱਤ ਰਹਿੰਦੀ ਮੀਂਹ ਦਾ ਪਾਣੀ ਘਰ ਅੰਦਰ ਸਾਰੇ ਸਮਾਨ ਨੂੰ ਖਰਾਬ ਕਰ ਦਿੰਦਾ ਸੀ ਪਰ ਹੁਣ ਪ੍ਰਧਾਨ ਮੰਤਰੀ ਆਵਾਸ ਯੋਜਨਾ ਤਹਿਤ ਬਣੇ ਮਕਾਨਾਂ ਨੇ ਉਹਨਾਂ ਦੀ ਇਹ ਸਾਰੀ ਪਰੇਸ਼ਾਨੀ ਦੂਰ ਕਰ ਦਿੱਤੀ ਹੈ ਮੁਸ਼ਕਲਾਂ ਇਦਾਂ ਸੀ ਜੀ ਜਦੋਂ ਵੀ ਜਮੀਂ ਕਿੜੀ ਦਾ ਹੁੰਦਾ ਸੀ ਤੇ ਵਰਤਨ ਇਧਰ ਕਦੀ ਬਿਸਤਰੇ 'ਤੇ ਜਾਣੇ ਆ ਕਦੀ ਮੰਜਾ ਇਧਰ ਦੇਖੀ ਜਾ ਕਦੀ ਉਧਰ ਕਰੀਦਾ ਸੀਗੇ ਇਹ ਪ੍ਰੋਬਲਮ ਜਿਆਦਾ ਹੁੰਦੀ ਬਈ ਸੀਗੀ ਦੇਖੋ ਜੀ ਖੁਸ਼ੀ ਤਾਂ ਹੁੰਦੀ ਹੈ ਜਦ ਚੀਜ਼ ਵਧੀਆ ਬਣੀ ਹੁੰਦੀ ਹੈ ਤਾਂ ਸਰਕਾਰ ਨੇ ਜੇ ਸਾਥ ਦਿੱਤਾ ਹੈ ਤਾਂ ਸਾਧਾਨ ਨਿਵਾਸ ਕਰਦੇ ਪਏ ਆ ਠੀਕ ਹੈ ਜੀ ਮੋਦੀ ਸਰਕਾਰ ਦਾ ਜੀ ਇਸ ਤੋਂ ਵੱਡਾ ਤਾਂ ਮੈਂ ਹੋਰ ਕੋਈ ਜੀਵਨ ਦਾ ਬੰਦਾ ਜਿਹੜਾ ਛੱਤ ਥੱਲੇ ਰਹਸਾ ਇਸ ਤੋਂ ਵੱਡਾ ਸਤਕਾਰ ਦੱਸੋ ਸਾਡੇ ਲਈ ਉਹ ਇਨਾ ਪਰਿਵਾਰ ਵਾਸਤੇ ਸੋਚਿਆ ਕਰਕੇ ਤੁਸੀਂ ਇੱਕ ਆ ਬੈਠ ਥੱਲੇ ਉਹ ਛੱਤ 'ਤੇ ਬੈਠੇ ਆ ਜੀ ਜਦੋਂ ਬਰਸਾਤ ਹੁੰਦੀ ਸੀ ਸਾਡੇ ਤਾਂ ਕੋਠੇ ਬਹੁਤ ਚੁੰਨੇ ਹੁੰਦੇ ਸੀ ਜੀ ਹਾਂ ਸਾਰੇ ਕੱਪੜੇ ਨੀਲੇ ਭੱਜ ਜਾਂਦੇ ਸੀ ਇਹ ਸਰਕਾਰ ਨੇ ਬਹੁਤ ਸੋਹਣਾ ਪ੍ਰਾਲਾਇਕ ਕੀਤਾ ਸਾਡੇ ਅਸੀਂ ਬਹੁਤ ਗੁਰੇ ਹਰਾਲਤਾਂ ਰੈਂਦੇ ਸੀ ਸਰਵਾੜ ਸੀ ਸਾਡੇ ਬਾਦਲੇ ਸੀ ਮੇਂ ਕਣੀ ਨੂੰ ਬਹੁਤ ਔਖਾ ਹੁੰਦਾ ਸੀ ਕਿ ਕਿਸੇ ਦੇ ਕਾਰ ਕੁੰਦੇ ਸੀ ਕਿ ਕਿਸੇ ਦੇ ਹਰਾਲਤ ਬਹੁ ਮਾੜੀ ਸੀ ਹੈ ਫੇਸਾਨੂੰ ਇਸ ਸਕੀਮ ਦਾ ਪਤਾ ਲੱਗਾ ਅਸੀਂ ਇਧਰ ਤੋਰ ਫੱਜ ਕੀਤੀ ਵੀ ਚਲੋ ਜੇ ਇਧਰ ਮੈਦਾ ਹੁੰਦਾ ਤਾਂ ਸਾਡਾ ਕਿਤੇ ਇਹ ਨਿਕਲ ਜਾਊਗਾ ਐਂਡ ਤੋ ਫਿਰ ਭਾਰਮਪੁਰ ਕੇ ਦਿੱਤੇ ਸਾਨੂੰ ਲੱਖ ਰੁਪਈਆ ਹਨ ਬੜਾ ਕਸਰ ਇਹ ਜਿਸਰਕਾਰਤ ਦਾ ਸਵਰ ਬੜੀ ਮਿਹਰ ਬਾਨੀ ਧੰਨਵਾਦ ਹੈ ਤਾਂ ਬੜੀਆ ਸੀ ਗੁਜਰਕਾਰ ਰਹੇ ਇਸ ਯੋਜਨਾ ਨੂੰ ਲਾਗੂ ਕਰਨ ਲਈ ਲੋਕ ਜਿੱਥੇ ਭਾਰਤ ਸਰਕਾਰ ਦਾ ਧੰਨਵਾਦ ਕਰਦੇ ਨੇ ਉਥੇ ਹੋਰਨਾਂ ਨੂੰ ਵੀ ਇਸ ਯੋਜਨਾ ਤੋਂ ਲਾਭ ਲੈਣ ਦੀ ਸਲਾਹ ਦਿੰਦੇ ਨੇ ਕੋਈ ਵੀ ਗਰੀਬ ਪਰਿਵਾਰ ਆ ਤੋਂ ਉਹਦੀ ਸਹਾਇਤਾ ਕਰਦਾ ਤੁਹਾਨੂੰ ਲਾਭ ਲੈਣਾ ਚਾਹੀਦਾ ਜ਼ਰੂਰੀ ਹੈ ਬਹੁਤ ਵਧੀਆ ਅਸੀਂ ਤਾਂ ਹਰ ਕਿਸੇ ਨੂੰ ਦੱਸਦੇ ਆ ਵੀ ਇਦਾਂ ਹੀ ਕਰੋ ਤੁਸੀਂ ਵੀ ਤਾਂ ਪਹਿਲੇ ਕੋਈ ਡਰਦਾ ਵੀ ਹੈ ਵੀ ਖਾਹ ਕਰ ਪਹਿਵੇਂ ਮਿਲਨੇ ਜਾਂ ਨਹੀਂ ਮਿਲਨੇ ਜ਼ਰੂਰ ਮਿਲਨੇਗੇ ਇਹਦੇ ਪਾਸੋਂ ਇਹ ਮੈਂ ਬਹੁਤ ਬਹੁਤ ਧੰਨਵਾਦ ਕਰਦਾ ਸੈਂਟਰ ਗਵਰਨਮੈਂਟ ਦਾ ਜਿਨ੍ਹਾਂ ਨੇ ਆਮ ਲੋਕਾਂ ਦੇ ਜਨਸੇ ਤੇ ਛੱਤ ਨਹੀਂ ਸੀ ਉਹਨਾਂ ਨੂੰ ਸਹਿਯੋਗ ਦਿੱਤਾ ਔਰ ਸਾਥ ਦਿੱਤਾ ਉਹਨਾਂ ਦਾ ਔਰ ਮੈਂ ਬਾਕੀਆਂ ਦਾ ਵੀ ਬੇਨਤੀ ਕਰਦਾ ਕਿ ਜਿਹੜੀ ਸੈਂਟਰ ਗਵਰਨਮੈਂਟ ਦੀ ਜਿੰਨੀਆਂ ਵੀ ਸਕੀਮਾਂ ਚੱਲ ਰਹੀਆਂ ਆਪਾਂ ਸਾਰਿਆਂ ਨੂੰ ਦਾ ਸਾਥ ਦੇ ਔਰ ਸਹਿਯੋਗ ਲੈਣਾ ਚਾਹੀਦਾ ਦਾ ਫਾਇਦਾ ਲੈਣਾ ਚਾਹੀਦਾ ਔਰ ਮੈਂ ਖਾਸ ਤੌਰ ਤੇ ਕੇਂਦਰ ਸਰਕਾਰ ਦਾ ਬਹੁਤ ਬਹੁਤ ਧੰਨਵਾਦ ਕਰਦਾ ਜੀ ਯਕੀਨਨ ਪ੍ਰਧਾਨ ਮੰਤਰੀ ਆਵਾਸ ਯੋਜਨਾ ਆਪਣੇ ਮੰਤਵ ਵਿੱਚ ਕਾਮਯਾਬ ਹੋ ਰਹੀ ਹੈ ਅਤੇ ਲੋਕਾਂ ਨੂੰ ਉਹਨਾਂ ਦੀਆਂ ਕਈ ਪਰੇਸ਼ਾਨੀਆਂ ਤੋਂ ਛੁਟਕਾਰਾ ਵੀ ਦਿਵਾ ਰਹੀ ਹੈ ਸ਼ਿਸ਼ੂ ਸ਼ਰਮਾ ਸ਼ਾਂਤਲ ਦੂਰਦਰਸ਼ਨ ਸਮਾਚਾਰ ਜਲੰਧਰ ਖੇਡ ਮੰਤਰੀ ਅਨੁਰਾਗ ਸਿੰਘ ਠਾਕੁਰ ਨੇ ਕਿਹਾ ਹੈ ਕਿ ਖੇਡ ਵਿਭਾਗ ਨੇ ਵਿੱਤ ਮੰਤਰਾਲੇ ਨੂੰ ਦੇਸ਼ ਵਿੱਚ ਖੇਡਾਂ ਦੇ ਸਮਾਨ ਨਿਰਮਾਣ ਨੂੰ ਉਤਸ਼ਾਹਿਤ ਕਰਨ ਲਈ ਸਾਰੀਆਂ ਖੇਡ ਵਸਤਾਂ ਤੇ 5% ਦਾ ਇੱਕ ਬਰਾਬਰ ਜੀਐਸਟੀ ਸਲੈਬ ਬਣਾਉਣ ਦੀ ਅਪੀਲ ਕੀਤੀ ਹੈ ਅੱਜ ਲੋਕ ਸਭਾ ਵਿੱਚ ਇੱਕ ਸਵਾਲ ਦੇ ਜਵਾਬ ਵਿੱਚ ਉਹਨਾਂ ਇਹ ਜਾਣਕਾਰੀ ਦਿੱਤੀ ਅਤੇ ਦੱਸਿਆ ਕਿ ਉਹਨਾਂ ਦੇ ਮੰਤਰਾਲਾ ਨੂੰ ਇਸ ਬਾਰੇ ਖੇਡ ਸੰਗਠਨਾਂ ਤੋਂ ਅਰਜ਼ੀਆਂ ਮਿਲ ਰਹੀਆਂ ਨੇ ਉਨਾਗ ਸਿੰਘ ਠਾਕੁਰ ਨੇ ਕਿਹਾ ਕਿ ਜ਼ਿਆਦਾਤਰ ਖੇਡ ਸਮਾਨ ਤੇ 12% ਦੀ ਦਰ ਨਾਲ GST ਟੈਕਸ ਲੱਗਦਾ ਏ ਅਤੇ ਕੁਝ ਵਸਤਾਂ ਤੇ ਹੀ 18% GST ਲੱਗਦਾ ਏ। ਪੰਜਾਬ ਤੋਂ ਅੰਮ੍ਰਿਤਸਰ ਦੇ ਡਾਕਟਰ ਪ੍ਰੋਫੈਸਰ ਹਰ ਮਹਿੰਦਰ ਸਿੰਘ 베ਦੀ ਨੂੰ ਪਦਮਸ਼ਰੀ ਪੁਰਸਕਾਰ ਨਾਲ ਨਿਵਾਜਿਆ ਗਿਆ ਏ। ਉਹਨਾਂ ਨੂੰ ਇਹ ਪੁਰਸਕਾਰ ਸਾਹਿਤ ਅਤੇ ਸਿੱਖਿਆ ਦੇ ਖੇਤਰ ਵਿੱਚ ਦਿੱਤੇ ਗਏ ਵੱਡਮੋਲੇ ਯੋਗਦਾਨ ਲਈ ਪ੍ਰਦਾਨ ਕੀਤਾ ਗਿਆ ਏ। ਡਾਕਟਰ 베ਦੀ ਨੇ ਪਦਮਸ਼ਰੀ ਦੇਣ ਲਈ ਭਾਰਤ ਸਰਕਾਰ ਦਾ ਧੰਨਵਾਦ ਕੀਤਾ। मुझे यह महसूस होता है कि पिछले एक दशक से जिन लोगों ने सही दिशा में साहित्य संस्कृति और कला के जीवन मूल्यों को आगे बढ़ाया भारत सरकार उन व्यक्तियों को पद्म पुरस्कारों से सम्मानित कर बहुत बड़ी ऐतिहासिक भूमिका निभा रही है ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਪੰਜਾਬੀ ਯੂਨੀਵਰਸਿਟੀ ਪਟਿਆਲਾ ਨੂੰ ਕਰਜ਼ਾ ਮੁਕਤ ਕਰਨ ਦੀ ਗਰੰਟੀ ਦਿੱਤੀ ਹੈ ਯੂਨੀਵਰਸਿਟੀ ਵੱਲੋਂ ਕਰਵਾਏ ਗਏ ਤਿੰਨ ਦਿਨਾਂ ਪੰਜਾਬੀ ਸਿਨੇਮਾ ਟੈਲੀਵਿਜ਼ਨ ਅਤੇ ਥੀਏਟਰ ਸ਼ੋਅ ਦੇ ਅੱਜ ਆਖਰੀ ਦਿਨ ਸਮਾਗਮ ਦੀ ਪ੍ਰਧਾਨਗੀ ਕਰਦਿਆਂ ਉਨ੍ਹਾਂ ਕਿਹਾ ਕਿ ਫੰਡਾਂ ਦੀ ਘਾਟ ਕਾਰਨ ਕਿਸੇ ਵੀ ਵਿਦਿਆਰਥੀ ਨੂੰ ਉੱਚੀ ਸਿੱਖਿਆ ਹਾਸਲ ਕਰਨ ਤੋਂ ਵਾਂਝਾ ਨਹੀਂ ਰਹਿਣ ਦਿੱਤਾ ਜਾਵੇਗਾ ਉਨ੍ਹਾਂ ਕਿਹਾ ਕਿ ਸੂਬਾ ਸਰਕਾਰ ਦੀ ਮੁੱਖ ਤਰਜੀਹ ਵਿਦਿਆਰਥੀਆਂ ਨੂੰ ਦੁਨੀਆ ਪੱਧਰ ਦੇ ਹਾਨ ਦੀ ਸਿੱਖਿਆ ਮੁਹੱਈਆ ਕਰਾਉਣਾ ਹੈ ਭਗਵੰਤ ਮਾਨ ਨੇ ਕਿਹਾ ਕਿ ਮੌਜੂਦਾ ਸਰਕਾਰ ਵਿੱਚ ਬਦਲਾਖੋਰੀ ਲਈ ਕੋਈ ਥਾਂ ਨਹੀਂ ਹੈ ਅਤੇ ਕਿਸੇ ਨੂੰ ਵੀ ਤੰਗ ਪਰੇਸ਼ਾਨ ਨਹੀਂ ਕੀਤਾ ਜਾਵੇਗਾ। ਦੂਜੇ ਪਾਸੇ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਚੰਡੀਗੜ੍ਹ ਵਿਖੇ ਕੰਮ ਕਰਦੇ ਮੁਲਾਜ਼ਮਾਂ ਨੂੰ ਕੇਂਦਰੀ ਲਾਭ ਦੇਣ ਵਾਲੇ ਕੇਂਦਰ ਸਰਕਾਰ ਦੇ ਫੈਸਲੇ ਨੂੰ ਮੁੱਖ ਮੰਤਰੀ ਭਗਵੰਤ ਮਾਨ ਅਤੇ ਆਮ ਆਦਮੀ ਪਾਰਟੀ ਦੇ ਆਗੂਆਂ ਵੱਲੋਂ ਤੋੜ ਮਰੋੜ ਕੇ ਪੇਸ਼ ਕਰਨ ਦਾ ਦੋਸ਼ ਲਾਇਆ ਏ ਇੱਕ ਬਿਆਨ ਵਿੱਚ ਸੂਬਾ ਸਰਕਾਰ ਦੀ ਆਲੋਚਨਾ ਕਰਦਿਆਂ ਉਹਨਾਂ ਕਿਹਾ ਕਿ ਚੰਡੀਗੜ੍ਹ ਮੁਲਾਜ਼ਮਾਂ ਦੀ ਇਹ ਮੰਗ ਲੰਬੇ ਸਮੇਂ ਤੋਂ ਲਟਕਦੀ ਆ ਰਹੀ ਸੀ ਕੈਪਟਨ ਸਿੰਘ ਨੇ ਆਮ ਆਦਮੀ ਪਾਰਟੀ ਦੇ ਨੇਤਾਵਾਂ ਤੋਂ ਸਤਲੁਜ ਯਮੁਨਾ ਲਿੰਕ ਨਹਿਰ ਬਾਰੇ ਵੀ ਆਪਣਾ ਸਟੈਂਡ ਸਪਸ਼ਟ ਲਈ ਆਖਿਆ ਭਾਰਤੀ ਜਨਤਾ ਪਾਰਟੀ ਦੇ ਕੌਮੀ ਜਨਰਲ ਸਕੱਤਰ ਤਰुण ਚੁੱਗ ਨੇ ਕਿਹਾ ਹੈ ਕਿ ਲੋਕਾਂ ਨੂੰ ਮੁਫਤ ਰਾਸ਼ਨ ਘਰ-ਘਰ ਪਹੁੰਚਾਉਂਦੇ ਸਮੇਂ ਮੁੱਖ ਮੰਤਰੀ ਭਗਵੰਤ ਮਾਨ ਨੂੰ ਇਹ ਵੀ ਦੱਸਣਾ ਚਾਹੀਦਾ ਹੈ ਕਿ ਵੰਡਿਆ ਜਾ ਰਿਹਾ ਰਾਸ਼ਨ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਭੇਜਿਆ ਗਿਆ ਹੈ ਚੰਡੀਗੜ੍ਹ ਤੋਂ ਜਾਰੀ ਇੱਕ ਬਿਆਨ ਵਿੱਚ ਉਨ੍ਹਾਂ ਕਿਹਾ ਕਿ ਕੋਵਿਡ ਸਮੇਂ ਪ੍ਰਧਾਨ ਮੰਤਰੀ ਨੇ 80 ਕਰੋੜ ਲੋਕਾਂ ਨੂੰ 2 ਸਾਲ ਤੱਕ ਮੁਫਤ ਰਾਸ਼ਨ ਦੇ ਕੇ ਨਾ ਸਿਰਫ ਇੱਕ ਇਤਿਹਾਸ ਸਿਰਜਿਆ ਬਲਕਿ 2 ਦਿਨ ਪਹਿਲਾਂ ਹੀ ਇਸ ਯੋਜਨਾ ਨੂੰ ਹੋਰ 6 ਮਹੀਨਿਆਂ ਲਈ ਵਧਾ ਕੇ ਸਮੁੱਚੇ ਦੇਸ਼ ਦੇ ਆਰਥਿਕ ਖੋ ਕਮਜ਼ੋਰ ਲੋਕਾਂ ਨੂੰ ਵੱਡੀ ਰਾਹਤ ਦਿੱਤੀ ਏ ਉਹਨਾਂ ਕਿਹਾ ਕਿ ਪੰਜਾਬ ਵਿੱਚ ਯੋਜਨਾ ਤਹਿਤ 1 ਕਰੋੜ 42 ਲੱਖ ਲੋਕਾਂ ਨੂੰ ਮੁਫਤ ਰਾਸ਼ਨ ਦਿੱਤਾ ਗਿਆ ਏ ਤਰਨ ਚੁਗਨੇ ਕਿਹਾ ਕਿ ਹੁਣ ਸਮਾਂ ਆ ਗਿਆ ਏ ਜਦੋਂ ਆਮ ਆਦਮੀ ਪਾਰਟੀ ਦੀ ਸਰਕਾਰ ਗੁੰਮਰਾਹਕੁੰਨ ਦਾਅਵੇ ਕਰਨ ਦੀ ਥਾਂ ਜ਼ਮੀਨੀ ਪੱਧਰ ਤੇ ਕੰਮ ਕਰਨਾ ਸ਼ੁਰੂ ਕਰੇ ਚੰਡੀਗੜ੍ਹ ਪ੍ਰਸ਼ਾਸਨ ਵਿੱਚ ਕੰਮ ਕਰਨ ਵਾਲੇ ਮੁਲਾਜ਼ਮਾਂ ਨੂੰ ਕੇਂਦਰੀ ਲਾਭ ਦੇਣ ਸਬੰਧੀ ਫੈਸਲੇ ਨੂੰ ਗਲਤ ਤਰੀਕੇ ਨਾਲ ਪੇਸ਼ ਕਰਨ ਲਈ ਵੀ ਤਰਨ ਚੁਗਨੇ ਭਗਵੰਤ ਮਾਨ ਦੀ ਆਲੋਚਨਾ ਕੀਤੀ ਸ੍ਰੀ ਮੁਕਸਰ ਸਾਹਿਬ ਜ਼ਿਲ੍ਹੇ ਦੀ ਲੰਬੀ ਸਬ ਤਹਿਸੀਲ ਵਿਖੇ ਕਿਸਾਨ ਜਥੇਬੰਦੀਆਂ ਵੱਲੋਂ ਡੀਸੀ ਦਫ਼ਤਰ ਦੇ ਮੁਲਾਜ਼ਮਾਂ ਨਾਲ ਕੀਤੀ ਗਈ ਕਥਿਤ ਮਾਰਕੁੱਟ ਮਗਰੋਂ ਜਲੰਧਰ ਸਮੇਤ ਪੰਜਾਬ ਭਰ ਦੇ ਡੀਸੀ ਦਫ਼ਤਰਾਂ ਦੇ ਮੁਲਾਜ਼ਮ ਅੱਜ ਕਲਮ ਛੋੜ ਹੜਤਾਲ ਤੇ ਚਲੇ ਗਏ ਇਸ ਨਾਲ ਸਾਰੇ ਦਫ਼ਤਰਾਂ ਵਿੱਚ ਕੰਮ ਕਾਜ ਤੇ ਮਾੜਾ ਅਸਰ ਪਿਆ ਡੀਸੀ ਦਫ਼ਤਰ ਕਰਮਚਾਰੀ ਯੂਨੀਅਨ ਦੇ ਸੀਨੀਅਰ ਮੀਤ ਪ੍ਰਧਾਨ ਰਜਿੰਦਰ ਸਿੰਘ ਨੇ ਜਲੰਧਰ ਵਿੱਚ ਦੱਸਿਆ ਕਿ ਮੁਲਾਜ਼ਮਾਂ ਨਾਲ ਕੀਤੀ ਗਈ ਮਾਰਕੁੱਟ ਘਟਨਾ ਬੇਹਦ ਨਿੰਦਣਯੋਗ ਹੈ ਉਹਨਾਂ ਕਿਹਾ ਕਿ ਅਜਿਹੇ ਘਟਨਾਵਾਂ ਨਾਲ ਮੁਲਾਜ਼ਮਾਂ ਵਿੱਚ ਅਸੁਰੱਖਿਆ ਦੀ ਭਾਵਨਾ ਪੈਦਾ ਹੋਈਏ ਉਹਨਾਂ ਸਰਕਾਰ ਤੋਂ ਮੰਗ ਕੀਤੀ ਕਿ ਇਸ ਘਟਨਾ ਦੇ ਦੋਸ਼ੀਆਂ ਖਿਲਾਫ ਸਖਤ ਕਾਰਵਾਈ ਕਰਨ ਤੋਂ ਇਲਾਵਾ ਮੁਲਾਜ਼ਮਾਂ ਨੂੰ ਦਫ਼ਤਰੀ ਕੰਮ ਕਰਨ ਲਈ ਸੁਰੱਖਿਅਤ ਮਾਹੌਲ ਦੇਣਾ ਯਕੀਨੀ ਬਣਾਇਆ ਜਾਵੇ ਮੁਲਾਜ਼ਮਾਂ ਨੇ ਸ੍ਰੀ ਮੁਖਸਰ ਸਾਹਿਬ ਜ਼ਿਲ੍ਹੇ ਦੇ ਡਿਪਟੀ ਕਮਿਸ਼ਨਰ ਨੂੰ ਆਪਣੀਆਂ ਮੰਗਾਂ ਸਬੰਧੀ ਇੱਕ ਮੰਗ ਪੱਤਰ ਵੀ ਦਿੱਤਾ ਇਸ ਦੌਰਾਨ ਲੰਬੀ ਪੁਲਿਸ ਨੇ ਮੁਲਾਜ਼ਮਾਂ ਨੂੰ ਬੰਦੀ ਬਣਾਉਣ ਦੇ ਮਾਮਲੇ ਵਿੱਚ 9 ਲੋਕਾਂ ਖਿਲਾਫ ਮਾਮਲਾ ਦਰਜ ਕੀਤਾ ਹੈ ਜਲੰਧਰ ਜ਼ਿਲ੍ਹੇ ਦੇ ਸ਼ਾਹਕੋਟ ਕਸਬੇ ਵਿੱਚ ਗੁਰਮਤ ਸੰਗੀਤ ਸਵਾ ਵੱਲੋਂ ਗੁਰਦੁਆਰਾ ਸ੍ਰੀ ਗੁਰੂ ਸਿੰਘ ਸਵਾ ਵਿਖੇ ਕੱਲ੍ਹ ਸ਼ਾਮ ਇੱਕ ਸੰਗੀਤ ਸੰਮੇਲਨ ਦਾ ਆਯੋਜਨ ਕੀਤਾ ਗਿਆ ਸਭਾ ਦੇ ਨੁਮਾਇੰਦੇ ਪ੍ਰਿਤਪਾਲ ਸਿੰਘ ਨੇ ਦੱਸਿਆ ਕਿ ਇਹ ਸੰਗੀਤ ਸੰਮੇਲਨ ਭਾਈ ਮਰਦਾਨਾ ਜੀ ਦੀ ਯਾਦ ਨੂੰ ਸਮਰਪਿਤ ਰਿਹਾ ਇਸ ਸੰਗੀਤ ਸੰਮੇਲਨ ਵਿੱਚ ਕੋਲਕਾਤਾ ਤੋਂ ਆਏ ਸਰੋਧਵਾਦਕ ਅਰਨਾਥ ਪਟਾਚਾਰੀਆ ਅਤੇ ਤਬਲਾਵਾਦਕ ਨਿਲੀਮੇਸ਼ ਚੱਕਰਵਰਤੀ ਨੇ ਆਪਣੀ ਕਲਾਕਾਰੀ ਨਾਲ ਸਰੋਤਿਆਂ ਦੀ ਖੂਬ ਵਾਹਵਾ ਲੁੱਟੀ thank you ਲੋਕਾਂ ਵਿੱਚ ਸੰਗੀਤ ਨੂੰ ਹੋਰ ਪਰਫੁੱਲਤ ਕਰਨ ਦੇ ਮੰਤਵ ਨਾਲ ਕਈ ਨੌਜਵਾਨ ਕਲਾਕਾਰਾਂ ਨੇ ਤਬਲਾ ਬੰਸਰੀ ਤੇ ਵਾਇਲਨ ਵਾਦਨ ਨਾਲ ਸੰਗੀਤ ਸੰਮੇਲਨ ਵਿੱਚ ਖੂਬ ਰੰਗ ਵਖੇਰੇ। ਉੱਗੇ ਕਲਾਸੀਕਲ ਕੀਰਤਨੀਏ ਭਾਈ ਦਲੀਪ ਸਿੰਘ ਫਖਰ ਨੇ ਸ਼ਬਦ ਕੀਰਤਨ ਰਾਹੀਂ ਸੰਗਤਾਂ ਨੂੰ ਨਿਹਾਲ ਕੀਤਾ। ਇਸ ਮੌਕੇ ਸੰਸਥਾ ਦੇ ਪ੍ਰਧਾਨ ਹਰਦੀਪ ਸਿੰਘ ਖਾਲਸਾ ਸਮੇਤ ਕਈ ਹੋਰ ਸ਼ਖਸੀਅਤਾਂ ਮੌਜੂਦ ਰਹੀਆਂ। ਪੰਜਾਬ ਤੇ ਹਰਿਆਣਾ ਸਮੇਤ ਸਮੁੱਚੇ ਉੱਤਰੀ ਭਾਰਤ ਵਿੱਚ ਗਰਮੀ ਆਪਣਾ ਰੰਗ ਦਿਖਾ ਰਹੀ ਹੈ ਮੌਸਮ ਵਿਭਾਗ ਮੁਤਾਬਕ ਆਉਂਦੇ ਕੁਝ ਦਿਨਾਂ ਵਿੱਚ ਤਾਪਮਾਨ ਵਿੱਚ 6 ਤੋਂ 7 ਡਿਗਰੀ ਸੈਲਸੀਅਸ ਤੱਕ ਦਾ ਹੋਰ ਵਾਧਾ ਹੋ ਸਕਦਾ ਹੈ ਅਤੇ ਗਰਮ ਹਵਾਵਾਂ ਲੋਕਾਂ ਨੂੰ ਪਰੇਸ਼ਾਨ ਕਰਨਗੀਆਂ ਮੌਸਮ ਵਿਭਾਗ ਨੇ ਗਰਮੀ ਵਧਣ ਦਾ ਕਾਰਨ ਮਾਰਚ ਵਿੱਚ ਘੱਟ ਬਾਰਿਸ਼ ਦਾ ਹੋਣਾ ਦੱਸਿਆ ਹੈ ਸੂਬੇ ਵਿੱਚ ਅੱਜ ਸਭ ਤੋਂ ਵੱਧ ਤਾਪਮਾਨ 40.3 ਡਿਗਰੀ ਸੈਲਸੀਅਸ ਮੁਕਸਰ ਵਿਖੇ ਦਰਜ ਕੀਤਾ ਗਿਆ ਜਦਕਿ ਜ਼ਿਆਦਾਤਰ ਸ਼ਹਿਰਾਂ ਵਿੱਚ ਇਸ ਵੇਲੇ ਤਾਪਮਾਨ ਆਮ ਨਾਲੋਂ 7.2 ਡਿਗਰੀ ਸੈਲਸੀਅਸ ਵੱਧ ਦਰਜ ਕੀਤਾ ਜਾ ਰਿਹਾ ਹੈ ਖਬਰਾਂ ਦੇ ਬੁਲੇਟਿਨ ਸਾਡੇ ਦਰਸ਼ਕ RNU DDK ਜਲੰਧਰ ਦੇ YouTube ਚੈਨਲ Facebook ਪੇਜ ਅਤੇ Twitter ਹੈਂਡਲ ਤੇ ਵੀ ਦੇਖ ਸਕਦੇ ਨੇ ਇਸਦੇ ਨਾਲ ਹੀ ਖਬਰਾਂ ਦਾ ਇਹ ਬਲਟਨ ਖਤਮ ਹੋਇਆ ਮੈਂ ਮਾਸਕ ਲਗਾ ਕੇ ਸਟੂਡੀਓ ਤੋਂ ਬਾਹਰ ਜਾ ਰਿਹਾ ਤੁਸੀਂ ਵੀ ਜਦੋਂ ਬਾਹਰ ਜਾਓ ਤਾਂ ਮਾਸਕ ਜ਼ਰੂਰ ਲਗਾਓ ਇਜਾਜ਼ਤ ਦਿਓ ਨਮਸਕਾਰ